ਸੌਣ ਦਾ ਮਹੀਨਾ ਬਾਗਾਂ ਵਿੱਚ ਪੈਂਦੇ ਮੋਰ ਵੇ, ਮੈਂ ਨਹੀਂ ਸਹੁਰੇ ਜਾਣਾ ਗੱਡੀ ਨੂੰ ਖਾਲੀ ਤੋਰ ਵੇ। ਸੌਣ ਮਹੀਨਾ ਨਿਕਲ ਗਿਆ ਹੈ ਅਤੇ ਸੌਣ ਮਹੀਨੇ ਤੋਂ ਬਾਅਦ ਇਹ ਭਾਦੋ ਦਾ ਪਹਿਲੀ ਬਾਰਿਸ਼ ਫਗਵਾੜਾ ਵਾਸੀਆਂ ਲਈ ਬਹੁਤ ਖੁਸ਼ੀ ਇੱਕ ਲੈ ਕੇ ਆਈ ਹੈ। ਸੌਣ ਮਹੀਨੇ ਵਿੱਚ ਇਸ ਵਾਰ 4-5 ਬਾਦਸ਼ਾਹ ਨੇ ਜਿੱਥੇ ਪੂਰੇ ਮਹੀਨੇ ਦੇ ਵਿੱਚ ਮੌਸਮ ਨੂੰ ਖੁਸ਼ਗਵਾਰ ਕੀਤਾ, ਉੱਥੇ ਨਾਲ ਹੀ ਗਰਮੀ ਤੋਂ ਵੀ ਰਾਹਤ ਮਿਲੀ ਅਤੇ ਹੁਣ ਭਾਦੋ ਜੋ ਕਿ ਜਾਣਿਆ ਜਾਂਦਾ ਹੈ ਗਰਮੀ ਲਈ, ਆਪਣੀ ਹੁੰਮਸ ਲਈ, ਔਰ ਉਸ ਵੇਲੇ ਜਦੋਂ ਭਾਦੋ ਦਾ ਇਹ ਪਹਿਲਾ ਹਫ਼ਤਾ ਹੈ ਭਾਦੋ ਦਾ, ਔਰ ਭਾਦੋ ਦੇ ਇਸ ਮਹੀਨੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਅੱਜ ਫਗਵਾੜਾ ਦੇ ਵਿੱਚ ਬਹੁਤ ਹੀ ਖੁਸ਼ਗਵਾਰ ਮੌਸਮ ਹੈ, ਔਰ ਭਾਵੇਂ ਕਿ ਮਾਰ ਪੂੜਿਆਂ ਦਾ ਟਾਈਮ ਸੌਣ ਦਾ ਹੁੰਦਾ ਹੈ ਪਰ ਅੱਜ ਵੀ ਬਹੁਤ ਸਾਰੇ ਲੋਕ ਜਿਹੜੇ ਆ ਇਸ ਮੌਸਮ ਦੇ ਵਿੱਚ ਗਰਮ ਗਰਮ ਪਕੌੜੇ ਅਤੇ ਮਾਲ ਪੂੜੀਆਂ ਦਾ ਲੁਤਫ ਲੈ ਰਹੇ ਆ। ਤੁਸੀਂ ਵੀ ਸਾਡੇ ਨਾਲ ਬਣੇ ਰਹੋ ਅਤੇ ਤੁਹਾਨੂੰ ਦਿਖਾਉਂਦੇ ਹਾਂ ਅੱਜ ਇਸ ਮੀਂਹ ਦਾ ਜੋ ਪੈ ਰਿਹਾ ਹੈ ਫਗਵਾੜਾ ਦੇ ਵੱਖ ਵੱਖ ਥਾਵਾਂ 'ਤੇ ਕਿਸ ਤਰ੍ਹਾਂ ਦਾ ਹਾਲਾਤ ਨੇ। ਅਸੀਂ ਖੜ੍ਹੇ ਹਾਂ ਮਾਡਲ ਟਾਊਨ ਦੇ ਵਿੱਚ ਫਗਵਾੜਾ ਦੇ ਵਿੱਚ, ਜਿੱਥੇ ਚਾਰੇ ਪਾਸੇ ਤੁਸੀਂ ਦੇਖ ਰਹੇ ਹੋ ਮੀਂਹ ਪੈ ਰਿਹਾ ਹੈ, ਔਰ ਇੱਕ ਲੌਂਗ ਸ਼ਾਟ ਜੇ ਦੇਖੀਏ ਤਾਂ ਬਿਲਕੁਲ ਸਾਹਮਣੇ ਜੋ ਮੀਂਹ ਦਾ ਲੁਤਫ ਲੈਣ ਦੇ ਲਈ ਜੋ ਬਾਹਰ ਆ ਕੇ ਵੀ ਮੀਂਹ ਜਿਹੜਾ ਉਹਨੂੰ ਦੇਖਿਆ ਜਾ ਰਿਹਾ ਹੈ। ਸਾਉਣ ਮਹੀਨੇ ਤੋਂ ਬਾਅਦ ਭਾਦੋ ਦੀ ਪਹਿਲੀ ਬਾਰਿਸ਼ ਨੇ ਮੌਸਮ ਬੜਾ ਖੁਸ਼ਗਵਾਰ ਕਰ ਦਿੱਤਾ। ਇਸ ਮੌਸਮ ਦੇ ਵਿੱਚ ਲੋਕ ਭਾਵੇਂ ਕੰਮਕਾਰ ਨਹੀਂ ਹੈ ਪਰ ਫਿਰ ਵੀ ਇਸ ਬਾਰਿਸ਼ ਦਾ, ਇਸ ਮੌਸਮ ਦਾ ਬੜਾ ਆਨੰਦ ਮਾਣ ਰਹੇ ਨੇ ਅਤੇ ਮੌਸਮ ਬਹੁਤ ਹੀ ਖੁਸ਼ਗਵਾਰ ਹੋ ਗਿਆ। ਚਾਹ ਅਤੇ ਪਕੌੜਿਆਂ ਦਾ ਮੌਸਮ ਹੈ, ਲੋਕ ਆਨੰਦ ਮਾਣ ਰਹੇ ਆਪਣੇ ਦੋਸਤਾਂ ਦੇ ਨਾਲ ਹੈ ਕਿ ਠੀਕ ਹੈ ਕੋਈ ਸੱਜਣ ਮਿੱਤਰ ਆਇਆ ਅਤੇ ਚਾਹ ਪਕੌੜੇ ਅਤੇ ਭਾਵੇਂ ਪੂੜਿਆਂ ਦਾ ਮੌਸਮ ਭਾਵੇਂ ਹਲੇ ਖਤਮ ਵੀ ਨਹੀਂ ਹੋਇਆ ਅਤੇ ਅੱਜ ਵੀ ਹੈ ਸਭ ਕੁਛ ਉਹੀ ਜਿਹੜੀਆਂ ਯਾਦਾਂ ਪੁਰਾਣੀਆਂ ਜਿਹੜੀਆਂ ਸਾਉਣ ਮਹੀਨੇ ਵਾਲੀਆਂ ਅੱਜ ਫਿਰ ਤਾਜ਼ਾ ਹੋ ਗਈਆਂ ਹੈ ਅਤੇ ਬਾਕੀ ਸਾਰਿਆਂ ਨੂੰ ਇਹੀ ਹੈਗੀ ਸਭ ਇੰਜੋਏ ਕਰੋ ਜੀ ਇਸ ਮੀਂਹ ਦਾ, ਇਸ ਮੌਸਮ ਦਾ। ਮਹੀਨੇ ਤੋਂ ਬਾਅਦ ਅੱਜ ਭਾਦੋ ਦੀ ਪਹਿਲੀ ਬਾਰਿਸ਼ ਨੇ ਸਾਡੇ ਫਗਵਾੜੇ ਦਾ ਮਾਹੌਲ ਜੋ ਬਹੁਤ ਕੁਝ ਦਿਨਾਂ ਤੋਂ ਗਰਮੀ ਪੈ ਰਹੀ ਸੀ ਉਹਨੂੰ ਥੋੜ੍ਹਾ ਠੰਡਾ ਕੀਤਾ ਅਤੇ ਲੋਕਾਂ 'ਚ ਕਾਫੀ ਖੁਸ਼ੀ ਦਾ ਮਹਿਸੂਸ ਕਰ ਰਹੇ ਹਾਂ ਅਸੀਂ। ਪਰ ਨਾਲ ਦੇ ਨਾਲ ਸਾਡੇ ਮਾਲ ਟਾਊਨ ਦੇ ਵਿੱਚ ਸੀਵਰੇਜ ਦਾ ਸਿਸਟਮ ਥੋੜ੍ਹਾ ਜਾਮ ਹੋਣ ਕਰਕੇ ਪਾਣੀ ਗਲੀਆਂ 'ਚ ਨਾਲੀਆਂ ਸਾਰੀਆਂ ਭਰੀਆਂ ਪਈਆਂ ਅਤੇ ਸਾਰੀ ਸੜਕਾਂ 'ਤੇ ਪਾਣੀ ਖੜ੍ਹਾ, ਉੱਥੇ ਦੇਖ ਰਹੇ ਹਾਂ ਸਾਰੇ। ਅਤੇ ਮੈਂ ਕਾਰਪੋਰੇਸ਼ਨ ਅੱਗੇ ਬੇਨਤੀ ਕਰਾਂਗਾ ਵੀ ਇੱਥੇ ਵੀ ਜ਼ਰੂਰ ਕੋਈ ਆਪਣੇ ਹਰ ਤਰ੍ਹਾਂ ਦੇ ਮੌਸਮ ਕਰਕੇ ਇੱਥੇ ਗਰਮੀਆਂ ਵਿੱਚ ਜੇ ਸਖਤ ਗਰਮੀ ਪੈਂਦੀ ਹੈ ਉੱਥੇ ਨਾਲ ਹੀ ਪੱਤਝੜ ਦਾ ਮੌਸਮ, ਬਸੰਤ ਦਾ ਮੌਸਮ ਬਹੁਤ ਖੂਬਸੂਰਤ ਹੁੰਦਾ ਹੈ ਅਤੇ ਫਿਰ ਸਰਦੀਆਂ ਦਾ ਮੌਸਮ ਹੁੰਦਾ ਹੈ ਜਿਸ ਵਿੱਚ ਬਹੁਤ ਖੂਬਸੂਰਤ ਸਰਦੀ ਵੀ ਪੈਂਦੀ ਹੈ, ਔਰ ਉਸ ਵੇਲੇ ਭਾਦੋ ਦਾ ਜਦੋਂ ਇਹ ਹਫ਼ਤਾ ਪਹਿਲਾਂ ਸ਼ੁਰੂ ਹੋ ਰਿਹਾ ਉਸ ਵੇਲੇ ਜੋ ਪਹਿਲੀ ਬਾਰਿਸ਼ ਹੈ ਉਹ ਮੁਬਾਰਕ ਹੈ ਫਗਵਾੜਾ ਵਾਸੀਆਂ ਨੂੰ। ਆਸ ਕਰਦੇ ਹਾਂ ਕਿ ਭਾਦੋ ਵਿੱਚ ਇਸੇ ਤਰ੍ਹਾਂ ਹੀ ਖੁਸ਼ਗਵਾਰ ਮੌਸਮ ਰਹੇ। ਤੁਸੀਂ ਵੀ ਸਾਡੇ ਨਾਲ ਬਣੇ ਰਹੋ, ਦੇਖਦੇ ਰਹੋ ਫਗਵਾੜਾ ਦਾ ਸੋਸ਼ਲ ਇਸ਼ੂ ਦਾ ਨੰਬਰ 1 ਲੋਕਲ ਚੈਨਲ ਦੀ ਫਗਵਾੜਾ ਹੈਡਲਾਈਨ ਲਾਈਵ। ਯੂਟਿਊਬ 'ਤੇ ਜਾਓ, ਸਰਚ ਕਰੋ ਦੀ ਫਗਵਾੜਾ ਹੈਡਲਾਈਨ ਲਾਈਵ 'ਤੇ ਸਾਡੇ ਨਾਲ ਜੁੜੋ ਬਹੁਤ ਸਾਰੇ ਅਜਿਹੇ ਹੋਰ ਅਪਡੇਟਾਂ ਨਾਲ।